ਅਸੀਂ ਜੀ ਆ ਸੜਕ ਤੇ ਵੱਡੇ ਰੋਡ ਤੇ ਬੈਠੇ ਆਪਦੇ ਘਰ ਵਾਲੇ, ਇਹ ਵੀਰੇ ਨਸ਼ੇ ਕਾਰਨ ਸਾਡੇ ਨਸ਼ਾ ਬਹੁਤ ਵਿਕ ਰਿਹਾ ਹੈਗਾ। ਚਿੱਟਾ ਵਿਕਦਾ ਇੱਥੇ, ਟੀਕੇ ਵਿਕਦੇ ਨੇ, ਤੇ ਸਿਗਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ। ਨਿੱਕੇ ਨਿੱਕੇ ਜਵਾਕ ਵੀ ਵੇਚਦੇ ਨੇ, ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ। ਕੀ ਦਿੱਕਤ ਆ ਰਹੀ ਆ ਤੁਹਾਨੂੰ? ਦਿੱਕਤ ਆ ਸਾਡੇ ਜਦੋਂ ਪੁਲਿਸ ਆ ਜਾਂਦੀ ਹੈ ਇੱਥੇ ਘਰਾਂ 'ਚ ਵੜਦੇ ਨੇਗੇ। ਠੀਕ ਹੈ। ਹਾਂਜੀ, ਕੋਈ ਕਿਸੇ ਦੇ ਕੋਈ LCD ਮੂਹਰੇ ਹੋ ਗਈ, LCD ਲਾ ਲੈਂਦੇ ਨੇ, ਕਿਸੇ ਦੇ ਸਿਲੰਡਰ ਮਿਲ ਗਿਆ ਸਿਲੰਡਰ ਲਾ ਲੈਂਦੇ ਨੇ, ਸਭ ਐਂ ਕਰਦੇ ਨੇ। ਚਿੱਟੇ ਵੱਲੇ ਪੀਂਦੇ ਨੇ ਜਿਹੜੇ, ਨਸ਼ੇ ਟੀਕੇ ਕਲਾਉਂਦੇ ਨੇ ਸਾਰੇ। ਅੱਜ ਅਸੀਂ 4 ਜਣੇ ਫੜਾਏ ਨੇ, 2 ਦੇ ਟੀਕੇ ਲੱਗੇ ਹੋਏ ਸੀ ਉਹ ਫੜਾਏ ਨੇ। ਔਰਤਾਂ ਨੂੰ ਕਿਉਂ ਬੈਠਣਾ ਪਿਆ ਇਧਰ ਆ ਕੇ? ਇੱਥੇ ਉੱਤਾ ਕੋਈ ਨਹੀਂ ਚੱਕਦੇ, ਨਾ ਤਾਂ ਕੋਈ ਪੁਲਿਸ ਸੁਣਦੀ ਹੈ ਸਾਡੀ, ਨਾ ਕੋਈ ਬੰਦੇ ਸੁਣਦੇ ਨੇਗੇ ਵੀ ਬੰਦਿਆਂ ਦੇ ਕਹੇ ਤੋਂ ਕਿਹੜਾ ਹਟਦੇ ਨੇ। ਹੁਣ ਅਸੀਂ ਅੱਕ ਕੇ ਬੁੜੀਆਂ ਨੇ ਉੱਤਾ ਚੱਕਿਆ ਗਾ, ਹੁਣ ਵੀ ਜਿਹੜੇ ਵੇਚਦੇ ਨੇ ਹੁਣ ਵੀ ਐਂ ਕਹਿ ਦੇਣਗੇ, ਕਿੰਨੇ ਕੁ ਦਿਨ ਧਰਨਾ ਲਾ ਲੈਣਗੀਆਂ, ਕੀ ਕਰ ਲੈਣਗੀਆਂ ਸਾਡਾ, ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ। ਠੀਕ ਹੈ। ਹਾਂਜੀ, ਤਾਂ ਪੁਲਿਸ ਕਾਰਵਾਈ ਨਹੀਂ ਕਰਦੀ? ਪੁਲਿਸ ਇੱਥੋਂ ਬਿਠਾ ਲੈਂਦੇ ਨੇ, ਆਹ ਗੇਟ ਤੋਂ ਪਰਲੇ ਗੇਟ 'ਤੇ ਲਾ ਦਿੰਦੇ ਨੇ, ਕੁਛ ਨਹੀਂ ਕਰਦੇ। ਪਤਾ ਨਹੀਂ ਪੈਸੇ ਲੈਂਦੇ ਨੇ, ਪੈਸੇ ਤਾਂ ਅਸੀਂ ਕਹਿੰਦੇ ਨੇ ਵੀ ਅਸੀਂ ਪੈਸੇ ਦੇ ਕੇ ਉਹਦੀ ਛੱਡ ਦਿੰਦੇ, ਸਾਡਾ ਕੀ ਕਰਾਉਂਦੇ ਨੇ। ਬੱਚਿਆਂ ਨੂੰ ਵੀ ਦਿੱਕਤ ਆ ਰਹੀ ਹੈ? ਹਾਂ, ਬੱਚਿਆਂ ਨੂੰ ਵੀ ਆ ਰਹੀ ਹੈ ਜੀ। ਛੋਟੇ ਛੋਟੇ ਪੜ੍ਹਨ ਵਾਲੇ ਜਵਾਕਾਂ ਨੂੰ ਕੈਪਸੂਲ ਫੜਾ ਦਿੰਦੇ ਨੇ ਵੀ ਫੜਾਇਓ ਪੱਤਾ, ਕਿਉਂ ਜਵਾਕਾਂ 'ਤੇ ਕੋਈ ਸ਼ੱਕ ਨਹੀਂ, ਪੜ੍ਹਨੋਂ ਹਟਾ ਰੱਖੇ ਨੇ, ਇਸ ਲਾਲਚ ਨੇ ਜਵਾਕ। ਹਾਂਜੀ, ਸਾਡੀਆਂ ਕੋਈ ਕੁੜੀਆਂ ਨਹੀਂ ਆਹ ਗਲੀ 'ਚ ਲੰਘਦੀਆਂ ਜਿੱਥੇ ਅਸੀਂ ਬੈਠੇ ਹਾਂ ਹੁਣ, ਕੋਈ ਬਹੂ ਨਹੀਂ ਆਉਂਦੀ ਇੱਧਰ, ਸਾਡੇ ਰੂੜੀਆਂ ਨੇ ਇੱਧਰ ਕੂੜਾ ਸਿੱਟਣ ਨਹੀਂ ਕੋਈ ਆਉਂਦਾ, ਕੋਈ ਆ ਦੁਕਾਨਾਂ ਨੇ ਇੱਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ, ਕੋਈ ਨਾ ਬਹੂ ਆਵੇ ਨਾ ਕੁੜੀ ਆਵੇ, ਅਸੀਂ ਵੀ ਨੰਗਦੇ ਹਾਂ ਜਦੋਂ ਪੂਰਾ ਇੱਥੇ ਨਸ਼ੇ ਵਾਲੇ ਪੂਰੇ ਖੜੇ ਹੁੰਦੇ ਨੇ। ਘਰਾਂ 'ਚ ਚੋਰੀਆਂ ਵੀ ਹੁੰਦੀਆਂ? ਹਾਂਜੀ, ਹੁੰਦੀਆਂ ਨੇ, ਸਾਰਾ ਕੁਛ ਹੀ ਹੁੰਦਾ। ਕਿਸੇ ਦੇ ਕੋਈ ਚੀਜ਼ ਚੱਕ ਲਈ, ਕਿਸੇ ਦੇ ਕੋਈ ਚੀਜ਼ ਚੱਕ ਲਈ, ਆਹ ਬਾਹਰੇ ਮੋਟਰਾਂ ਲੱਗੀਆਂ ਹੋਈਆਂ ਨੇ, ਇਹਨਾਂ ਦੇ ਵੀ ਪਾਈਪ ਤੋੜ ਜਾਂਦੇ ਨੇ, ਕਦੇ ਕਹਿੰਦਾ ਉੱਥੇ ਸਾਡੇ ਟੂਪ ਲੱਗੀ ਹੋਈ ਸੀ ਉਹ ਵੀ ਭੰਨੀ ਹੈ, ਟੂਪਾਂ ਭੰਨਦੇ ਨੇ ਵੀ ਚਾਨਣ 'ਚ ਸਾਡਾ ਪਤਾ ਲੱਗਦਾ। ਕੋਈ ਬਾਹਰੋਂ ਆਉਂਦੇ ਨੇ ਜਾਂ ਇੱਥੋਂ ਦੇ ਲੋਕ? ਸਾਰੇ ਆਉਂਦੇ ਨੇ ਜੀ, ਹੁਣ ਅਸੀਂ ਕਿਹੜਾ ਜਾਣਦੇ ਹਾਂ ਵੀ ਬਾਹਰਲੇ ਨੇ ਘਰੋਂ ਆਉਂਦੇ ਨੇ, ਅਸੀਂ ਪਿੰਡ 'ਚ ਤਾਂ ਸਾਰੇ ਨੂੰ ਜਾਣਦੇ ਨਹੀਂ ਹੈਗੇ, ਪਰ ਸਾਡੇ ਗਲੀ ਤੋਂ ਵੀ ਨਾ ਵੀ ਬਹੁਤ ਜ਼ਿਆਦਾ ਜਿਨ੍ਹਾਂ ਦੀ ਅਸੀਂ ਸ਼ਕਲ ਜਾਣਦੇ ਵੀ ਨਹੀਂ ਉਹ ਵੀ ਆਉਂਦੇ ਨੇ ਇੱਥੇ, ਜਿਨ੍ਹਾਂ ਨੂੰ ਅਸੀਂ ਦੇਖਿਆ ਵੀ ਨਹੀਂ ਕਦੇ। ਤੁਸੀਂ ਕਿਵੇਂ ਦੇਖਦੇ ਹੋ ਕਿ ਕਿਵੇਂ ਵੀ ਆਉਂਦੇ ਨੇ? ਜਿਵੇਂ ਸਰਕਾਰ ਤੋਂ ਤੁਸੀਂ ਜਿਵੇਂ ਵੋਟਾਂ ਪਾਈਆਂ, ਸਰਕਾਰ ਕਹਿੰਦੀ ਸੀਗੀ ਕਿ ਨਸ਼ਾ, ਜਿਨ੍ਹਾਂ ਨੂੰ ਵੋਟਾਂ ਪਾਈਆਂ ਨੇ ਉਹਨਾਂ ਨੇ ਵੀ ਕੁਛ ਨਹੀਂ ਕਰਿਆ ਸਾਡਾ, ਕਦੇ ਕਿਸੇ ਨੇ ਵੀ, ਕਿਸੇ ਨੇ ਇੱਥੇ ਕਿਸੇ ਨੇ ਆ ਕੇ ਨਹੀਂ ਦੇਖਿਆ ਇੱਥੇ ਵੀ ਕੀ ਕੁਛ ਹੋ ਰਿਹਾ, ਕੋਈ ਨਾ ਕੋਈ ਬੰਦਾ ਕੋਈ ਨਹੀਂ ਦੇਖਦਾ ਇੱਥੇ, ਬਿਨਾ ਪੁਲਿਸ ਦੇਖਦੇ ਆ, ਜਦੋਂ ਕੋਈ ਫੋਨ ਕਰਦਾ ਪੁਲਿਸ ਉਦੋਂ ਆਉਂਦੀ ਹੈ, ਨਹੀਂ ਸਾਹਮਣੇ ਵੇਚਦੇ ਨੇ ਸਭ ਦੇ, ਹਾਂ ਪੁਲਿਸ ਵੀ ਨਹੀਂ ਚੱਕਦੀ। ਤੁਹਾਨੂੰ ਵੀ ਡਰ ਹੈ ਵੀ ਤੁਹਾਡੀ ਫੈਮਿਲੀ 'ਚ ਵੀ ਨਾ ਕੋਈ ਮਤਲਬ ਇਸ ਤਰ੍ਹਾਂ? ਸਾਡੇ ਵੀ ਜੇ ਮੇਰਾ ਵੀ ਇੱਕ ਬੇਟਾ ਗਾ, ਸਾਨੂੰ ਵੀ ਡਰ ਆ, ਜਦੋਂ ਬਹਿੰਦੇ ਨੇ ਅਸਲ ਨੂੰ ਬਦਨਾਮ ਤਾਂ ਹੁੰਦੇ ਨੇਗੇ ਜਦੋਂ ਵਿੱਚ ਬੈਠਣਗੇ, ਤੇ ਬਾਕੀ ਜਦੋਂ ਪੁਲਿਸ ਵਾਲਿਆਂ ਦਾ ਵੀ ਇਹੀ ਕੰਮ ਆ, ਪਹਿਲਾਂ ਗੱਡੀ ਆਊਗੀ ਘੂੰ ਘੂੰ ਕਰ ਦਿੰਦੇ ਨੇ, ਪਹਿਲੇ ਉਹ ਉੱਡ ਜਾਂਦੇ ਨੇ, ਚੱਲ ਉਹਨਾਂ ਨਾਲ ਵੀ ਨਾਲ ਰਲੀ ਮਿਲੀ ਹੋਈ ਆ ਸਾਰੀ। ਹੁਣ ਤੁਸੀਂ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਸਾਡੇ ਨਸ਼ਾ ਵਿਕਣੋਂ ਹਟ ਜੇ ਜੀ, ਸਾਡੇ ਇੱਧਰੋਂ ਗਲੀਆਂ 'ਚ ਲੰਘਣੋਂ ਹਟ ਜਾਣ, ਸਾਡੇ ਆਹ ਦਰੇ 'ਤੇ ਕੋਈ ਨਸ਼ਾ ਨਾ ਵਿਕੇ, ਜਾਂ ਸਾਥੋਂ ਲਿਖ ਕੇ ਲੈ ਲੈਣਾ, ਜਿਹੜੇ ਟੀਕੇ ਲਾ ਕੇ ਘਰਾਂ 'ਚ ਵੜਦੇ ਨੇ ਕੋਈ ਮਰ ਗਿਆ ਜ਼ਿੰਮੇਵਾਰ, ਜਿਹੜੇ ਵੇਚਦੇ ਨੇ ਉਹ ਜ਼ਿੰਮੇਵਾਰੀ ਲੈ ਲੈਣ, ਜਿਹੜੇ ਵਿਕਾਉਂ ਖਵਾਉਂਦੇ ਨੇ ਜਵਾਕਾਂ ਨੂੰ ਟੀਕੇ ਲਾਉਣ ਨੂੰ ਦਿੰਦੇ ਨੇ, ਤੁਹਾਨੂੰ ਜੇ ਇੱਥੇ ਦਿਖਾਵਾਂ ਸਰਿੰਜਾਂ ਦੇ ਢੇਰ ਲੱਗੇ ਪੈਣ, ਉਹਨਾਂ ਦੀ ਵੀ ਵੀਡੀਓ ਬਣਾ ਲਓ ਚਾਹੀ, ਹਾਂ ਦੇਖ ਆਓ ਸਾਰੇ ਸਬੂਤ ਨੇ, ਐਂ ਵੀ ਨਹੀਂ ਵੀ ਕੋਈ ਸਬੂਤ ਨਹੀਂ ਹੈਗਾ, ਸਬੂਤ ਦਿਖਾ ਦਿੰਦੇ ਹਾਂ। ਤੁਹਾਨੂੰ ਹੁਣ ਆਸ ਹੈ ਕਿਸੇ ਤੋਂ ਵੀ ਕਾਰਵਾਈ ਹੋਵੇਗੀ? ਹਾਂਜੀ ਹਾਂ, ਹਾਂ ਵੀਰ ਜੀ, ਸਾਨੂੰ ਜਦੋਂ ਹੁਣ ਸਾਡੇ ਨਾਲ ਜੁੜੇ ਹੋ ਤੁਹਾਡੇ, ਤੇ ਆਸ ਆ ਵੀਰ ਜੀ ਸਾਡਾ ਇੱਥੋਂ ਨਸ਼ਾ ਬੰਦ ਕਰੋ, ਸਾਡੇ ਤਾਂ ਹੱਥ ਬੰਨ ਕੇ ਬੇਨਤੀ ਹੈਗੀ ਵੀ ਸਾਡੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪੜ੍ਹਨੋਂ ਹਟਾ ਰੱਖੇ ਨੇ, ਵੀ ਇਹਨਾਂ ਪੜ੍ਹਾਈ ਵੱਲ ਧਿਆਨ ਦੇਣ, ਵੀ ਇਹ ਨਸ਼ਿਆਂ ਕੰਨੀ ਧਿਆਨ ਨਾ ਦੇਣ, ਜਿਹੜੇ ਟੀਕੇ ਲਾਉਂਦੇ ਨੇ ਕਈ ਤਾਂ ਮੁੰਡੇ ਮਰ ਗਏ, ਸਾਡੇ ਪਿੰਡ 'ਚ ਖਬਰਾਂ ਵੀ ਲੱਗੀਆਂ ਹੋਣਗੀਆਂ, ਉਹ ਸਿਰਫ ਟੀਕਿਆਂ ਨਾਲ ਹੀ ਮਰੇ ਨੇ।
ਵੀ ਜਿਹੜਾ ਟੀਕੇ ਵੇਚਦੇ ਨੇ। ਹਾਂਜੀ, ਕਿੰਨੇ ਮੁੰਡਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ? ਇੱਕ ਮਹੀਨੇ 'ਚ ਜੀ 4 ਮੁੰਡਿਆਂ ਦੀਆਂ ਮੌਤਾਂ ਹੋ ਗਈਆਂ ਸਾਡੇ ਇੱਧਰ ਪਿੰਡ 'ਚ ਕਾਲੇ ਟੋਏ 'ਤੇ। 4 ਮੁੰਡੇ ਮੁੱਕ ਗਏ, ਟੀਕਾ ਲਾ ਕੇ ਪੈ ਗਏ, ਉਹਨਾਂ ਨੂੰ ਦੁਬਾਰਾ ਉੱਠਣ ਦਾ ਹੁਕਮ ਹੀ ਨਹੀਂ ਹੋਇਆ। ਫਿਰ ਅੱਜ ਵੀ ਇੱਥੇ ਕਿਸੇ ਨੇ ਦੇਖਿਆ ਗਾ 3 ਜਣਿਆਂ ਦੇ ਟੀਕੇ, ਇੱਕ ਦੂਜਾ ਮੁੰਡਾ ਲਾਉਂਦਾ ਸੀਗਾ 3 ਜਣਿਆਂ ਦੇ। ਕਿਉਂ? ਅਸੀਂ ਉਹ ਬੇਪੜਦ ਹੁੰਦੇ ਨੇ, ਅਸੀਂ ਬੁੜੀਆਂ ਤਾਂ ਦੇਖ ਵੀ ਨਹੀਂ ਸਕਦੀਆਂ। ਇੱਕ ਸਾਡੇ 'ਚੋਂ ਬੁੜੀ ਗਈ ਸੀ, ਉਹ ਵੀ ਐਂ ਪੱਲਾ ਕਰਕੇ ਲੰਘੀ, ਉੱਥੋਂ ਵੀ ਨੰਗੇ ਨੇ ਜਮਾਂ, ਦੇਖ ਵੀ ਨਹੀਂ ਸਕਦੀਆਂ। ਅਸੀਂ ਟੀਕੇ ਲਾਉਂਦੀਆਂ ਨੇ, ਇੱਥੇ ਦਰੇ 'ਤੇ ਟੀਕੇ ਲਾਉਂਦੇ ਨੇ, ਜੇ ਉਹਦੀ ਵੀ ਵੀਡੀਓ ਬਣਾ ਸਕਣੀ ਆ, ਬਣਾ ਵੀ ਸਕਦੇ ਹੋ। ਸਲਾਮੀ ਪੱਤੀ ਚਾਚੀ ਮੰਡੀ ਦੇ ਗੇਟ 'ਤੇ ਬੈਠੇ ਹਾਂ। ਕਿਉਂ ਬੈਠਣਾ ਪੈ ਰਿਹਾ? ਸਾਨੂੰ ਬੈਠਣਾ ਪੈ ਰਿਹਾ ਧਰਨੇ ਬਾਰੇ, ਨਸ਼ੇ ਬਾਰੇ। ਸਾਨੂੰ ਦਿੱਕਤ ਆ ਰਹੀ ਹੈ ਕਿ ਚੋਰੀਆਂ ਕਰਦੇ ਨੇ, ਜਦ ਪੁਲਿਸ ਆ ਜਾਂਦੇ ਕੋਠਿਆਂ 'ਤੇ ਚੜ ਜਾਂਦੇ ਨੇ, ਸਾਡੇ ਕੁੜੀਆਂ ਮਟਿਆਰਾਂ ਨੇ ਕੋਠਿਆਂ 'ਤੇ ਚੜ ਕੇ ਬਾਹਰ ਖੋਲਦੇ ਨੇ ਗੇ। ਫਿਰ ਇਸ ਕਾਨੂੰਨੀ ਕਾਰਵਾਈ ਦਾ ਹੱਲ ਬਣਨਾ ਚਾਹੀਦਾ। ਕਿੰਨੇ ਕੁ ਲੋਕ ਨੇ, ਕੌਣ ਨਸ਼ਾ ਵੇਚ ਰਿਹਾ? ਨਸ਼ੇ ਵਾਲੇ ਵਾਧੂ ਨੇ। ਪੁਲਿਸ ਕਾਰਵਾਈ ਨਹੀਂ ਕਰਦੀ? ਨਾ ਜੀ, ਨਾ ਕੁਛ ਨਹੀਂ ਕਾਰਵਾਈ। ਹੁਣ ਤੁਹਾਨੂੰ ਕਿਉਂ ਬੈਠਣਾ ਪੈ ਗਿਆ? ਸਾਨੂੰ ਬੈਠਣਾ ਪੈ ਗਿਆ, ਫਿਰ ਇਨਸਾਨ ਬੰਦੇ ਤਾਂ ਕੋਈ ਕੰਮ ਨਹੀਂ, ਉੱਤਾਂ ਨਹੀਂ ਚੱਕਦੇ ਹੈਗੇ, ਵਿੱਚ ਵੇਚਦੇ ਨੇ ਉਹ। ਅੱਜ ਕਿੰਨੇ ਲੋਕਾਂ ਨੂੰ ਫੜਾਇਆ ਤੁਸੀਂ? ਅੱਜ ਅਸੀਂ 4 ਲੋਕਾਂ ਨੂੰ ਫੜਾਇਆ। ਠੀਕ ਹੈ, ਅਸੀਂ ਨੇ ਭੱਜ ਕੇ ਫੜਾਇਆ ਜੀ, ਫੋਨ ਕਰਿਆ ਪੁਲਿਸ ਵਾਲਿਆਂ ਨੇ। ਤੁਸੀਂ ਮੰਗ ਕੀ ਕਰਦੇ ਹੋ? ਮੰਗ ਤਾਂ ਬਸ ਨਸ਼ਾ ਬੰਦ ਹੋਣਾ ਚਾਹੀਦਾ ਜੀ। ਸਾਡੀ ਮੰਗ ਇਹ ਆ ਕਿ ਜੇ ਨਸ਼ੇ ਵਾਲੇ ਨਹੀਂ ਸਾਡੇ, ਜੇ ਸਾਡੇ ਘਰ ਚੋਰੀ ਹੋ ਗਈ ਜਾਂ ਕੁੜੀ ਭੱਜ ਭੁੱਜ ਗਈ, ਉਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਾਫੀ ਸਮੇਂ ਤੋਂ ਲੌਂਗੋਵਾਲ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ, ਖਾਸ ਕਰ ਜਿਹੜੇ ਕਿਸਾਨ ਨੇ ਉਹਨਾਂ ਦੇ ਖੇਤਾਂ 'ਚੋਂ ਉਹਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਜਿਹੜੀਆਂ ਉਹ ਵੱਢ ਕੇ ਲੈ ਜਾਂਦੇ ਨੇ ਚੋਰ। ਇੱਕ ਕਿਸਾਨ ਦੀ ਇਹ ਕੇਬਲ ਵੱਢੀ ਜਾਂਦੀ ਹੈ ਤਾਂ ਉਹਨੂੰ 7-8 ਹਜ਼ਾਰ ਦਾ ਉਹਦਾ ਨੁਕਸਾਨ ਹੋ ਜਾਂਦਾ ਹੈ। ਔਰ ਐਸੇ ਕਿਸਾਨ ਵੀ ਆ ਜਿਨ੍ਹਾਂ ਨੇ 3-3 ਵਾਰੀ ਵੱਢੀਆਂ ਗਈਆਂ, ਦੁਬਾਰੇ ਪਾਉਂਦੇ ਨੇ, ਫਿਰ ਵੱਢ ਕੇ ਲੈ ਜਾਂਦੇ ਨੇ, ਪਾਉਂਦੇ ਨੇ, ਫਿਰ ਵੱਢ ਕੇ ਲੈ ਜਾਂਦੇ ਨੇ। ਤਾਂ ਇਸ ਤਰ੍ਹਾਂ ਦੇ ਜਿਹੜੇ ਇੰਸੀਡੈਂਟ ਨੇ ਲਗਾਤਾਰ ਵਾਪਰ ਰਹੇ ਨੇ, ਅਤੇ ਇਹਦਾ ਅਜੇ ਤੱਕ ਇੱਕ ਵੀ ਕੇਸ ਦਾ ਜਿਹੜਾ ਸਲਿਊਸ਼ਨ ਹੈ ਪਿਛਲੇ ਸਮੇਂ 'ਚ ਨਹੀਂ ਹੋਇਆ। ਇਸ ਤੋਂ ਬਹੁਤ ਇਲਾਕੇ ਦੇ ਲੋਕ ਦੁਖੀ ਨੇ, ਬਲਕਿ ਹੁਣ ਤਾਂ ਇਲਾਕੇ 'ਚ ਨਸ਼ਾ ਜਿਹੜਾ ਖਾਸ ਕਰ ਲੌਂਗੋਵਾਲ 'ਚ ਬਹੁਤ ਜ਼ਿਆਦਾ ਵੱਧ ਗਿਆ, ਜਿਹਦੇ ਕਰਕੇ ਜਿਹੜੇ ਘਰਾਂ 'ਚੋਂ ਸਿਲੰਡਰ ਵੀ ਚੋਰੀ ਲਗਾਤਾਰ ਹੋ ਰਹੇ ਨੇ, ਦਿਨ ਦਿਹਾੜੇ ਹੋ ਰਹੇ ਨੇ। ਔਰ ਕਿਸਾਨਾਂ ਦਾ ਇਹ ਵੀ ਕਹਿਣਾ ਕਿ ਜਿਹੜੀਆਂ ਰਾਤ ਨੂੰ ਇਹ ਮੋਟਰਾਂ ਦੀਆਂ ਕੇਬਲਾਂ ਵੱਢੀ ਜਾਂਦੀਆਂ ਨੇ, ਉਹਦੇ ਪਿੱਛੇ ਵੀ ਉਹ ਨਸ਼ੇੜੀਆਂ ਦਾ ਹੱਥ ਹੈ, ਜਿਹੜੇ ਚੋਰ ਨੇ ਉਹ ਨਸ਼ੇ ਦੀ ਪੂਰਤੀ ਖਾਤਰ ਇਹ ਸਭ ਕਰਦੇ ਨੇ। ਅਤੇ ਨਾ ਤਾਂ ਲੌਂਗੋਵਾਲ ਪੁਲਿਸ ਨਸ਼ੇ ਵਾਲਿਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਈ ਹੈ, ਨਾ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਈ ਹੈ, ਸਿਰਫ ਗੋਂਗਲੂਆਂ ਤੋਂ ਜਿਹੜੀ ਮਿੱਟੀ ਝਾੜਨ ਦਾ ਕੰਮ ਹੈ ਉਹ ਕੀਤਾ ਜਾ ਰਿਹਾ। ਭਗਵੰਤ ਮਾਨ ਸਰਕਾਰ ਨੂੰ ਇਹ ਲਗਾਤਾਰ ਇਹ ਬੇਨਤੀ ਕਰ ਰਹੇ ਨੇ ਲੋਕ ਕਿ ਭਾਈ ਸਾਡੇ ਜਾਨ ਮਾਲ ਦੀ ਰਾਖੀ ਕਰੋ। ਪਤਾ ਜੀ, ਕਈ ਸਾਲ ਹੋ ਗਏ ਅਸੀਂ ਇੱਥੇ ਆਉਂਦੇ ਹਾਂ, ਕੋਈ ਸਾਡੀ ਸੁਣਵਾਈ ਨਹੀਂ। ਜੇ ਅਸੀਂ ਉਲਟਾ ਰਾਬਤੇ ਵੀ ਲਿਖਾਉਣ ਆਉਂਦੇ ਹਾਂ ਤਾਂ ਕਹਿਣਗੇ ਤੁਸੀਂ ਚੋਰ ਦਾ ਘਰ ਦੇਖ ਕੇ ਆਓ, ਗੱਡੀ ਤੁਸੀਂ ਲੈ ਕੇ ਆਓ, ਇਹ ਸਾਡੀ ਗੱਡੀ ਲਿਆਉਣ ਦੀ ਜ਼ਿੰਮੇਵਾਰੀ ਹੈ। ਚੋਰ ਨੂੰ ਸਹਿ ਦਿੰਦੀ ਹੈ, ਸਾਨੂੰ ਕੁਛ ਉਲਟਾ ਪੁੱਠਾ ਪੈਂਦੀ ਹੈ। ਥਾਣੇ ਤੋਂ ਕਰਾਉਣਾ ਵੀ ਕੀ ਹੈ ਜਦੋਂ ਸਾਡੀ ਕੋਈ ਸੁਣਵਾਈ ਨਹੀਂ? ਸਾਡੇ ਕਹਿੰਦਾ ਥਾਣਾ ਚੱਕ ਕੇ ਲੈ ਜਾਣਾ ਸੀ, ਰੱਖੀ ਆਪ ਕਰਨਾਗੇ ਲੱਖਾਂ। ਅਤੇ ਜਿਹੜਾ ਅਸੀਂ ਅੱਜ ਮਸਲੇ ਦੇ ਵਿੱਚ ਖੜੇ ਹਾਂ, ਇਹ ਸਰਕਾਰ ਦਾ ਜੋ ਸਰਕਾਰ ਕਹਿੰਦੀ ਹੈ, ਵਿਰੋਧੀ ਧਿਰਾਂ ਨੂੰ ਕਹਿੰਦੀ ਹੈ ਕਿ ਮੁਰਗੀਖਾਨਾ ਖੋਲ੍ਹ ਲੈਣਾ ਚਾਹੀਦਾ ਉਹਨਾਂ ਨੂੰ। ਅਸਲ ਦੇ ਵਿੱਚ ਇਹ ਥਾਣੇ ਦਾ ਮੁਰਗੀਖਾਨਾ ਇੱਥੇ ਖੋਲ੍ਹਣਾ ਚਾਹੀਦਾ ਹੈ। ਇੱਥੋਂ ਦੇ ਮੁਲਾਜ਼ਮਾਂ ਨੇ ਬਹੁਤ ਬੇਸ਼ਰਮੀ ਧਾਰੀ ਹੋਈ ਹੈ। ਕਿਸੇ ਵੀ ਮੁੱਦੇ ਦੇ ਉੱਤੇ ਅਸੀਂ ਕੋਈ ਆਪਦੀ ਰਿਪੋਰਟ ਲੈ ਕੇ ਆਉਂਦੇ ਹਾਂਗੇ, ਮਤਲਬ ਕਿ ਕਿਸੇ ਨੂੰ ਵੀ ਇੱਥੇ ਸਹੀ ਢੰਗ ਨਾਲ ਕੋਈ ਡੀਲ ਨਹੀਂ ਕੀਤਾ ਜਾਂਦਾ। ਜੇ ਮੰਨ ਲਓ ਜੇ ਕੋਈ ਸਾਡੇ ਖੇਤ ਦੇ ਵਿੱਚ ਚੋਰੀ ਹੁੰਦੀ ਹੈਗੀ, ਮੁਲਾਜ਼ਮ ਸਿਵਲ ਵਰਦੀ ਦੇ ਵਿੱਚ ਮੁਲਾਜ਼ਮ ਕਹਿੰਦੇ ਨੇ ਜਾ ਕੇ ਤੁਸੀਂ ਆਪ ਖੇਤਾਂ ਦੇ ਵਿੱਚ ਰਾਖੀ ਰੱਖ ਲਿਆ ਕਰੋ, ਮਤਲਬ ਕਿ ਨਸ਼ੇੜੀਆਂ ਨੇ ਸਾਡਾ ਜੀਣਾ ਮਾਹੌਲ ਕਰ ਰੱਖਿਆ ਹੈਗਾ। ਸਾਨੂੰ ਇੱਥੇ ਕੋਈ ਸੁਰੱਖਿਆ ਨਹੀਂ ਹੈਗੀ, ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ। ਅਸਲ ਦੇ ਵਿੱਚ ਇੱਥੇ ਕੋਈ
ਲਾਇਨ ਆਰਡਰ ਦਾ ਕੋਈ ਸਥਿਤੀ ਹੈ ਨਹੀਂ, ਡਾਵਾਡੋਲ ਹੈ। ਇਹਨੂੰ ਥਾਣਾ ਬੰਦ ਕਰਕੇ ਮੁਰਗੀਖਾਨਾ ਖੋਲ ਦੇਣਾ ਚਾਹੀਦਾ ਲੋਕ। ਇਹਦੇ ਵਿੱਚ ਜਿਹੜੀ ਇਹ ਗੱਲ ਕਿਸਾਨ ਯੂਨੀਅਨ ਦੇ ਵਿੱਚੋਂ ਕਹਿ ਰਹੇ ਭੁਪਿੰਦਰ ਸਿੰਘ ਦਾ ਪ੍ਰਧਾਨ, ਇਹਨਾਂ ਦੇ ਵਿੱਚੋਂ ਧਰਨਾ ਲਾਇਆ ਗਿਆ। ਇਹਨਾਂ ਦੀ ਕੁਛ ਮੋਟਰਾਂ ਚੋਰੀਆਂ ਹੋਈਆਂ, ਤਾਰਾਂ ਚੋਰੀ ਹੋਈਆਂ ਸੀ, ਜਿਹੜੀਆਂ ਸਮਰਸੀਵਲ ਮੁੱਖ ਦੀ ਤਾਰ ਹੁੰਦੀ ਉਹਦੇ ਵਿੱਚ ਚੋਰੀਆਂ ਹੋਈਆਂ ਸੀਗੀਆਂ। ਔਰ ਸਾਡੇ ਇੱਥੇ ਜਿਹੜੀਆਂ ਆਮ ਦੁਕਾਨਾਂ ਚੋਰੀਆਂ ਹੋਈਆਂ ਸੀਗੀਆਂ ਸਾਡੀਆਂ, ਉਹ ਸਾਰੇ ਚੋਰ ਅਸੀਂ ਆਲਰੇਡੀ ਫੜੇ ਹੋਏ ਨੇ। ਇਹ ਦੁਕਾਨਾਂ ਜਿਹੜੀ ਚੋਰੀਆਂ ਹੋਈਆਂ ਪਰਚੇ ਦਿੱਤੇ ਹੋਏ ਨੇ। ਠੀਕ, ਇਹਨਾਂ ਨੂੰ ਕਿਹਾ ਸੀ ਥੋੜ੍ਹਾ ਟਾਈਮ ਲੱਗਦਾ ਟਾਵਰ ਟੰਪ ਚੱਕਣਾ ਹੁੰਦਾ, ਕਿਉਂਕਿ ਅੱਜ ਕੱਲ੍ਹ ਝੋਨੇ ਦੇ ਵਿੱਚ ਕੱਕੂਸ ਬਹੁਤ ਹੁੰਦਾ, ਉਹਦੇ ਵਿੱਚ ਪੈੜਾਂ ਦੇ ਨਿਸ਼ਾਨ ਨਹੀਂ ਮਿਲਦੇ, ਇਸ ਕਰਕੇ ਥੋੜ੍ਹਾ ਜਿਹੀ ਦਿੱਕਤ ਆ ਰਹੀ ਹੈ। ਟਾਵਰ ਟੰਪ ਚੱਕੇ ਹੋਏ ਨੇ, ਕੁਛ ਸੀ ਸੀ ਟੀ ਵੀ ਕੈਮਰੇ ਜਿਹੜੇ ਉਹ ਸਿਖਾ ਰਹੇ ਹਾਂ, ਵੱਖ ਵੱਖ ਐਂਗਲ ਤੋਂ ਵੱਖ ਵੱਖ ਟੀਮਾਂ ਅਸੀਂ ਤਿਆਰ ਕਰਕੇ ਭੇਜੀਆਂ ਹੋਈਆਂ ਨੇ, ਔਰ ਬਹੁਤ ਜਲਦੀ ਜਿਹੜਾ ਹੈਗਾ ਸਾਡਾ ਇਹ ਟਰੇਸ ਕਰਕੇ ਤੁਹਾਨੂੰ ਇਹ ਗ੍ਰਿਫਤਾਰ ਕਰਾਂਗੇ। ਮੇਰੇ ਘਰ ਹੀ ਐਮ ਸੀ ਹੈ ਜੀ। ਠੀਕ ਹੈ, ਕਿਵੇਂ ਦੇਖਦੇ ਹੋ ਕਿ ਤੁਹਾਡੇ ਮੁਹੱਲੇ ਦੇ ਵਿੱਚ ਜਿਹੜਾ ਨਸ਼ਾ ਕਰਨ ਵਾਲੇ ਲਗਾਤਾਰ? ਅਸੀਂ ਵੀ ਇਸੇ ਵਾਰਡ ਦੇ ਐਮ ਸੀ ਹਾਂ, ਇਸ ਵਾਰਡ 'ਚ ਜਿੰਨਾ ਵੀ ਨਸ਼ਾ ਵਿਕਦਾ ਉਨੀ ਗਦੋ ਥੋੜ੍ਹਾ ਹੈਗਾ, ਸ਼ਰਾਬ ਤੋਂ ਲੈ ਕੇ ਟੀਕੇ ਭੁੱਕੀ ਤੱਕ ਸਾਰਾ ਕੁਛ ਵਿਕਦਾ ਹੈਗਾ। ਹਜ਼ਾਰੋਂ ਵਾਰੀ ਪੁਲਿਸ ਨੂੰ ਕਹਿਤਾ, ਪੁਲਿਸ ਫੜ ਕੇ ਵੀ ਲੈ ਜਾਂਦੀ ਹੈਗੀ, ਪਰ ਇਹ ਜਿਹੜੇ ਸਿਗਨੇਚਰ ਦੇ ਨੇ ਪੁਲਿਸ ਵਾਲੇ ਕਹਿੰਦੇ ਨੇ ਇਹਨਾਂ 'ਤੇ ਕੋਈ ਪਰਚਾ ਨਹੀਂ ਬਣਦਾ ਹੈਗਾ, ਪਤਾ ਨਹੀਂ ਕਿਉਂ ਨਹੀਂ ਬਣਦਾ। ਇਹ ਔਰਤਾਂ ਦੁਖੀ ਹੋ ਕੇ ਬੈਠੇ ਨੇ, ਇਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਸਕੂਲ ਜਾਂਦੇ ਨੇ, ਕੁੜੀਆਂ ਸਕੂਲ ਜਾਂਦੇ ਨੇ, ਉਹਨਾਂ ਦਾ ਜਾਣਾ ਵੀ ਦੁੱਭਰ ਹੋ ਗਿਆ। ਜਦੋਂ ਇੱਧਰੋਂ ਪੁਲਿਸ ਰੇਡ ਮਾਰਦੀ ਹੈ, ਉਹ ਸਾਰੇ ਇਹਨਾਂ ਦੇ ਘਰਾਂ 'ਚ ਵੜਦੇ ਨੇ, ਨਸ਼ੇੜੀ ਜਿਹੜੇ ਵੇਚਦੇ ਨੇ ਇਹਨਾਂ ਦੇ ਘਰ ਨੀਵੇਂ ਨੇ, ਕਿਸੇ ਦਾ ਕੋਈ ਛੋਟੇ ਛੋਟੇ ਉਹ ਕੰਧਾਂ ਨੇ ਮਾਰ ਕੇ ਛਾਲਾਂ ਘਰੇ ਜਾ ਵੜਦੇ ਨੇ ਪੁਲਿਸ ਤੋਂ ਡਰਦੇ। ਇਹ ਅੱਕ ਗਈਆਂ ਵਿਚਾਰੀਆਂ, ਅੱਕ ਕੇ ਹੁਣੇ ਬਹਿ ਗਈਆਂ, ਹੁਣ ਚਾਰ ਦਿਨਾਂ ਤੋਂ ਚੋਰੀਆਂ ਵੀ ਹੋ ਰਹੀਆਂ, ਚੋਰੀਆਂ ਵੀ ਹੁੰਦੀਆਂ ਨੇ ਜੀ, ਚੋਰੀਆਂ ਵੀ ਘੱਟੋ ਘੱਟ 10-15 ਚੋਰੀਆਂ ਹੋ ਗਈਆਂ ਇਹ ਸਾਰੇ 15 ਦਿਨਾਂ 'ਚ। ਇਹਦਾ ਜੀ ਮੈਥੋਂ ਕਾਹਨੂੰ ਕਹੋ, ਤੁਸੀਂ ਕਿਹੜਾ ਨਸ਼ਾ ਬੰਦ ਕਰਾਤਾ? ਇਹਨਾਂ ਨਸ਼ਾ ਤਾਂ ਦੂਣਾ 4 ਗੁਣਾ ਵੱਧ ਗਿਆ ਜੀ, ਕਿਹੜਾ ਨਹੀਂ ਵਧਿਆ ਦੱਸ ਦਿਓ ਮੈਨੂੰ। ਇਕੱਲੀ ਹਰਿਆਣੇ ਦੀ ਸ਼ਰਾਬ 'ਤੇ ਕੰਟਰੋਲ ਹੋਇਆ, ਹੋਰ ਕਿਸੇ ਚੀਜ਼ 'ਤੇ ਕੰਟਰੋਲ ਨਹੀਂ ਹੋਇਆ। ਇਸ ਵਿਹੜੇ 'ਚ ਜਿੰਨੀ ਪਹਿਲਾਂ ਹਰਿਆਣੇ ਦੀ ਸ਼ਰਾਬ ਵਿਕਦੀ ਤੀ ਉਹ ਬੰਦ ਹੋ ਗਈ, ਉਹਨੇ ਹੁਣ ਸਿਗਨੇਚਰ ਅਤੇ ਚਿੱਟਾ ਚੱਲ ਪਿਆ। ਮੌਜੂਦਾ MLA ਨਾਲ ਤੁਸੀਂ ਕੋਈ ਗੱਲਬਾਤ ਕੀਤੀ ਇਸ ਨੂੰ ਲੈ ਕੇ? ਨਹੀਂ, ਅਸੀਂ ਨਹੀਂ ਕੀਤੀ ਜੀ। ਜਿਹੜੇ ਇੱਥੇ ਉਹ ਬਣੇ ਹੋਏ ਨੇ ਆਪਣਾ ਇਸ ਵਾਲੇ ਨਸ਼ਾ ਛਡਾਊ ਵਾਲੇ, ਇਹ ਗਏ ਨੇ, ਇਹਨਾਂ ਨੇ ਧਰਨਾ ਵੀ ਲਾਇਆ MLA ਦੇ, ਮੰਤਰੀ ਦੇ ਰੋੜੇ, ਕੋਈ ਇਹਨਾਂ ਦਾ ਹੱਲ ਨਹੀਂ ਹੋਇਆ ਹੈਗਾ। ਕਿਹੜਾ MLA ਤੁਹਾਡਾ ਜੀ? ਤਾਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ? ਨਾ, ਕੋਈ ਨਹੀਂ ਹੱਲ ਕੀਤਾ। ਇਹ ਮੇਰਾ ਖਿਆਲ ਘੱਟੋ ਘੱਟ 2-3 ਵਾਰੀ ਧਰਨੇ ਲਾਏ ਨੇ ਇਹਨਾਂ ਨੇ। ਤਾਂ ਹੁਣ ਫਿਰ ਆਸ ਕੀ ਕਰਦੇ ਹੋਗੇ ਇਹਨਾਂ ਤੋਂ ਪੁਲਿਸ ਤੋਂ? ਆਸ ਤਾਂ ਹੁਣ ਅਸੀਂ ਜਦੋਂ ਸਾਡੀਆਂ ਬੂੜੀਆਂ ਉੱਠ ਖੜੀਆਂ, ਅਸੀਂ ਹੁਣ ਤਾਂ ਝੰਡੇ ਚੱਕ ਲਏ, ਅਸੀਂ ਤਾਂ ਆਪ ਹੀ ਹੁਣ ਸਰਕਾਰ ਨੂੰ ਤਾਂ ਕੁਛ ਕਰਦੀ ਨਹੀਂ, ਅਸੀਂ ਆਪ ਹੀ ਦੇਖਾਂਗੇ ਦੋ ਹੱਥ। ਸਰਕਾਰ ਤੋਂ ਤੁਹਾਨੂੰ ਕੀ ਆਸ? ਸਰਕਾਰ ਤੋਂ ਆਸ ਹੁੰਦੀ ਫਿਰ ਹੁਣ ਕੰਟਰੋਲ ਹੋ ਜਾਂਦਾ ਜੀ, 2.5-3 ਸਾਲ ਹੋ ਗਏ, ਇਹਦਾ 1 ਮਹੀਨੇ 'ਚ ਕਹਿ ਦੀ ਮੈਂ ਖਤਮ ਕਰ ਦੂੰਗਾ, ਮਹੀਨੇ ਮੂਹਨੇ ਤਾਂ ਸਾਰੇ ਲੰਘ ਗਏ।